ਹੁਣ ਮੈਂ ਬੇਨਤੀ ਕਰਾਂਗਾ ਉਜਲ ਦੋਸਾਂਝ ਜੀ ਨੂੰ, ਸਾਬਕਾ ਲਿਬਰਲ ਐਮਪੀ, ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਔਰ ਉਜਲ ਦੋਸਾਂਝ ਜੀ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਨਾ ਜੀ ਮੂਲਾ ਸਿੰਘ ਜੀ ਬੜੇ ਵੱਡੇ ਕੱਦ ਵਾਲੇ ਆਜ਼ਾਦੀ ਘੁਲਾਟੀਏ ਸੀ। ਔਰ ਤੁਹਾਨੂੰ ਆ ਕੇ ਬੜੀ ਬੜੀ ਮਿੱਠੀ ਯਾਦ ਕਿਚਲੂ ਸਾਹਿਬ ਨਾਲ ਇਹ ਸਾਂਝੀ ਕਰਨਗੇ ਤੁਹਾਡੇ ਨਾਲ। ਕਿਚਲੂ ਸਾਹਿਬ ਦਾ ਨਿੱਘ ਉਜਲ ਦੋਸਾਂਝ ਜੀ ਨੇ ਛੋਟੇ ਹੁੰਦਿਆਂ ਮਾਣਿਆ, ਔਰ ਜਲ੍ਹਿਆਂਵਾਲੇ ਬਾਗ ਕਾਂਡ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਇਹ ਅਸੀਂ ਜਾਣਦੇ ਹਾਂ। ਦੋਸਾਂਝ ਸਾਹਿਬ, ਪਹਿਲਾਂ ਤਾਂ ਤੁਹਾਨੂੰ ਔਰਗਨਾਈਜ਼ਰ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਅੱਜ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ, ਅਤੇ ਗੱਲਾਂ ਤਾਂ ਮੈਂ ਸੁਣ ਲਈਆਂ ਸਾਰਿਆਂ ਦੀਆਂ ਬੜੀਆਂ ਚੰਗੀਆਂ। ਉਹ ਤੋਂ ਪਹਿਲਾਂ ਕਵਿਤਾਵਾਂ ਵੀ ਹੋਈਆਂ ਹੋਣਗੀਆਂ, ਮੈਂ ਤਾਂ ਹੁਣ ਹੀ ਆਇਆ ਥੋੜ੍ਹਾ ਚਿਰ ਹੋਇਆ। ਬਹੁਤੀ ਲੰਬੀ ਚੌੜੀ ਗੱਲ ਤਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਉਸ ਇਤਿਹਾਸ ਦਾ ਸਾਨੂੰ ਸਾਰਿਆਂ ਨੂੰ ਪਤਾ, ਕੀ ਹੋਇਆ ਕਿਉਂ ਹੋਇਆ ਉਹ ਸਾਨੂੰ ਸਾਰਿਆਂ ਨੂੰ ਪਤਾ। ਲੇਕਿਨ ਉਸ ਦੇ ਵਿੱਚ ਦੋ ਸਿਰ ਕੱਢ ਪਰਸਨੈਲਿਟੀ ਸੀਗੀਆਂ, ਸ਼ਾਇਦ ਉਹਨਾਂ ਦੀ ਗੱਲ ਹੋ ਗਈ ਹੋਵੇ, ਜਿਨ੍ਹਾਂ ਦੀ ਰਿਲੀਜ਼ ਦੀ ਮੰਗ ਕੀਤੀ ਜਾ ਰਹੀ ਸੀ, ਡਾਕਟਰ ਸਤਪਾਲ ਅਤੇ ਡਾਕਟਰ ਕਿਚਲੂ। ਅਤੇ ਮੈਂ ਉਹਨਾਂ ਬਾਰੇ 5-6 ਮਹੀਨੇ ਹੋਏ ਕਿਤਾਬ ਪੜ੍ਹੀ ਆ, ਬਾਈ ਚਾਂਸ ਬਹੁਤ ਚਿਰ ਦੀ ਲੈ ਕੇ ਰੱਖੀ ਹੋਈ ਸੀ ਪੜ੍ਹਨ ਦਾ, ਹੁਣੇ ਮੌਕਾ ਮਿਲਿਆ। ਅਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਦੋਨੋਂ ਹੀ ਬੰਦੇ, ਦੋਨੋਂ ਹੀ ਮਨੁੱਖ ਬੜੇ ਵਧੀਆ ਬੁਲਾਰੇ ਸਨ ਅਤੇ ਬੜੇ ਵਧੀਆ ਮਨੁੱਖ ਸਨ ਅਤੇ ਬੜੇ ਅਗਾਂਹ ਵਧੂ ਆਜ਼ਾਦੀ ਦੇ ਘੁਲਾਟੀਏ ਸੀ, ਅਤੇ ਦੋਨਾਂ ਦੀ ਆਪਸ 'ਚ ਮਿੱਤਰਤਾ ਸੀ। ਅਤੇ ਤਦੋਂ ਹੀ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਪੰਜਾਬ ਤੋਂ, ਧਰਮਸ਼ਾਲਾ ਵੱਲ ਨੂੰ ਭੇਜ ਦਿੱਤਾ ਗਿਆ, ਤਾਂ ਉਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਭੇਜਿਆ ਇੱਕ ਹੰਟਿੰਗ ਪਾਰਟੀ ਦੀ ਸ਼ਕਲ ਦੇ ਵਿੱਚ, ਲੋਕਾਂ ਤੋਂ ਪਰੇ ਕਰਨ ਦੇ ਲਈ। ਅਤੇ ਮੇਰਾ ਉਹਨਾਂ 'ਚ ਬੜੀ ਦਿਲਚਸਪੀ ਸੀ ਛੋਟੇ ਹੁੰਦੇ ਤੋਂ ਹੀ, ਖਾਸ ਕਰਕੇ ਇਸ ਗੱਲ ਵੀ ਕਿਉਂਕਿ ਮੈਂ ਬਹੁਤ ਛੋਟਾ ਜਿਹਾ ਸੀ ਅਤੇ ਮੇਰੇ ਨਾਨਾ ਜੀ ਹੁਣੀ ਉਦੋਂ ਪੀਸ ਮੂਵਮੈਂਟ 'ਚ ਹੁੰਦੇ ਸੀ 50s ਦੇ ਵਿੱਚ, ਮੈਂ ਦੂਜੀ ਜਮਾਤ 'ਚ ਪੜ੍ਹਦਾ ਸੀ, ਮੈਂ ਆਪਣੇ ਨਾਨਕੀ ਬਾਹੋਵਾਲ ਪੜ੍ਹਦਾ ਸੀ ਅਤੇ ਚੱਬੇਵਾਲ ਪੀਸ ਕਾਨਫਰੰਸ ਹੋਈ ਸੀ। ਅਤੇ ਮੈਨੂੰ ਯਾਦ ਹੈ ਮੇਰੀ ਅੱਖਾਂ ਦੁਖਦੀਆਂ ਸੀ ਤਾਂ, ਲੇਕਿਨ ਮੈਨੂੰ ਮੇਰੇ ਕਿਉਂਕਿ ਮੇਰੇ ਮਾਤਾ ਜੀ ਵੀ ਕਾਨਫਰੰਸ 'ਤੇ ਜਾਣਾ ਚਾਹੁੰਦੇ ਸੀ ਅਤੇ ਬੱਸ ਫੜ ਕੇ ਬਾਹੋਵਾਲ ਤੋਂ ਤਾਂ ਚੱਬੇਵਾਲ ਪੀਸ ਕਾਨਫਰੰਸ ਦੇਖਣ ਗਏ ਸੀ ਕਿਉਂਕਿ ਮੇਰੇ ਨਾਨਾ ਜੀ ਪ੍ਰਬੰਧਕਾਂ 'ਚੋਂ ਸਨ। ਅਤੇ ਮੈਨੂੰ ਉਹਨਾਂ ਨੇ ਇੱਕ ਕਵਿਤਾ ਸਿਖਾਈ ਹੋਈ ਸੀ, ਮੈਨੂੰ ਸੋਵੀਅਤ ਦੇਸ਼ 'ਚੋਂ ਕੱਢ ਕੇ, ਕਵਿਤਾ ਹੁੰਦੀ ਸੀ ਘੁੱਗੀ ਅਮਨ ਫਰੇਰੇ 'ਤੇ, ਮੈਨੂੰ ਬਾਕੀ ਲਫ਼ਜ਼ ਤਾਂ ਭੁੱਲ ਗਿਆ, ਇੰਨਾ ਯਾਦ ਆ। ਤਾਂ ਉਹ ਕਵਿਤਾ ਮੈਨੂੰ ਉਹਨਾਂ ਨੇ ਇੱਕ ਦਫ਼ਾ ਪਹਿਲਾਂ ਮੇਰੇ ਨਾਨਕਿਆਂ ਦੇ ਗੁਰਦੁਆਰੇ ਖੜ੍ਹਾ ਕਰਕੇ ਗਵਾਈ ਸੀ ਮੇਰੇ ਤੋਂ, ਅਤੇ ਮੈਂ ਬੜਾ ਛੋਟਾ ਜਿਹਾ ਸੀ ਅਤੇ ਮੈਨੂੰ ਬੜੀ ਸੰਗ ਆਉਂਦੀ ਸੀ, ਅਤੇ ਮੈਨੂੰ ਕਹਿੰਦੇ ਕਾਕਾ ਗੱਲ ਸੱਚ ਤਾਂ ਨਹੀਂ ਪਰ ਮੰਨੀ ਦਾ ਇੱਦਾਂ ਆ, ਜਦੋਂ ਤੁਸੀਂ ਕਿਤੇ ਬੋਲੀਏ ਪਹਿਲਾਂ ਜੇ ਸੰਗ ਆਉਂਦੀ ਹੋਵੇ ਕਿ ਸੁਣਨ ਵਾਲੇ ਸਾਰੇ ਗੁੰਗੇ ਆ ਅਤੇ ਨਾਲੇ ਬੋਲੇ ਆ ਅਤੇ ਨਾਲੇ ਅੰਨੇ ਆ। ਇਹਦਾ ਉਹ ਕਹਿੰਦੇ ਸੱਚ ਨਹੀਂ ਗੱਲ ਪਰ ਆਪਣੇ ਮਨ 'ਚ ਤੁਸੀਂ ਕਿਆਸ ਕਰ ਲਓ ਕਿ ਉਹਨਾਂ ਨੂੰ ਕੁਛ ਨਹੀਂ ਸੁਣਦਾ, ਉਹਨਾਂ ਨੂੰ ਕੁਛ ਨਹੀਂ ਦੀਦਾ, ਤੁਸੀਂ ਜੋ ਮਨ 'ਚ ਤੁਹਾਡੇ ਆਉਂਦਾ ਤੁਸੀਂ ਬੋਲ ਜਾਓ, ਫਿਰ ਤੁਹਾਨੂੰ ਸੰਗ ਨਹੀਂ ਆਉਂਦੀ ਹੈ। ਅਤੇ ਫਿਰ ਮੈਨੂੰ ਉਹਨਾਂ ਨੇ ਚੱਬੇਵਾਲ ਸਟੇਜ ਦੇ ਉੱਤੇ ਇਹੀ ਕਵਿਤਾ ਪੜ੍ਹਨ ਦੇ ਲਈ ਸੱਦਿਆ ਅਤੇ ਮੈਂ ਉੱਥੇ ਗਿਆ, ਉੱਥੇ ਡਾਕਟਰ ਕਿਚਲੂ ਬੈਠੇ ਸੀ ਕਿਉਂਕਿ ਡਾਕਟਰ ਕਿਚਲੂ ਵੀ ਪੀਸ ਮੂਵਮੈਂਟ ਦਾ ਹਿੱਸਾ ਸੀ 50s ਦੇ ਵਿੱਚ, ਕਿਉਂਕਿ ਉਹ ਖੱਬੇ ਪੱਖੀ ਆਜ਼ਾਦੀ ਦੇ ਘੁਲਾਟੀਏ ਸੀ। ਅਤੇ ਮੈਨੂੰ ਉਹਨਾਂ ਦੀ ਗੋਦ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਕਵਿਤਾ ਪੜ੍ਹਨ ਤੋਂ ਬਾਅਦ, ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਅਤੇ ਮੈਨੂੰ ਪਿਆਰ ਦਿੱਤਾ। ਮੈਨੂੰ ਇਸ ਗੱਲ ਦੀ, ਮੈਂ ਜਦੋਂ ਇਤਿਹਾਸ 'ਚ ਬੜਾ ਹੋ ਗਿਆ ਉਹਨਾਂ ਦਾ ਨਾਂ ਪੜ੍ਹਿਆ ਅਤੇ ਮੈਂ ਇਸ ਯਾਦ ਨੂੰ ਕਦੇ ਭੁੱਲਿਆ ਨਹੀਂ। ਵੈਸੇ ਤਾਂ ਮੈਂ ਬਹੁਤ ਸਾਰੇ ਲੋਕ ਹੋਰ ਵੀ ਉਹਦੇ ਚੰਗੇ ਤਕੜੇ ਲੋਕ ਪੰਜਾਬ ਦੇ ਇਲਾਕੇ ਦੇ, ਉਹਨਾਂ ਦੀਆਂ ਗੋਦਾਂ ਮਾਣੀਆਂ, ਡਾਕਟਰ ਭਾਗ ਸਿੰਘ, ਦਰਸ਼ਨ ਸਿੰਘ ਕੈਨੇਡੀਅਨ ਮੇਰੇ ਤੋਂ ਵੱਡੇ ਸੀ, ਮੇਰੇ ਨਾਨਾ ਜੀ ਹੁਣ ਘੁਆਉਂਦੇ ਹੁੰਦੇ ਸੀ, ਅਰਜਨ ਸਿੰਘ ਗੜਗੱਜ, ਸੱਚ ਖੜੋਦੀ, ਬੜੇ ਬੜੇ ਲੋਕ ਆਉਂਦੇ ਹੁੰਦੇ ਸੀ ਜਿਹੜੇ ਆਜ਼ਾਦੀ ਦੇ ਉਸ ਇਲਾਕੇ ਦੇ ਘੁਲਾਟੀਏ ਸੀ। ਅਤੇ ਮੈਂ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ ਤੁਹਾਨੂੰ, ਤੁਹਾਨੂੰ ਵੈਸੇ ਕਹਿਣ ਦੀ ਲੋੜ ਨਹੀਂ, ਇਟਸ ਲਾਈਕ ਵੀ ਆਰ ਟਾਕਿੰਗ ਟੂ ਦ ਕਨਵਰਟਡ, ਆਪਾਂ ਹੀ ਲੋਕ ਬੈਠੇ ਹਾਂ ਉਹੀ। ਮੈਂ ਸਮਝਦਾ ਜੇ ਜਲ੍ਹਿਆਂਵਾਲੇ ਬਾਗ ਦੇ ਸਾਕੇ 'ਚੋਂ, ਸਿਵਾਏ ਇਸ ਗੱਲ ਤੋਂ ਕਿ ਉਹ ਇੱਕ ਬਹੁਤ ਬਹਾਦਰੀ ਦਾ ਸਬੂਤ ਸੀ, ਬੜੀ ਤਾਕਤ ਦੇ ਖਿਲਾਫ ਲੜਨ ਦਾ ਹੌਸਲਾ ਸੀ ਲੋਕਾਂ ਦੇ ਵਿੱਚ, ਇਹ ਤੋਂ ਸਾਰਿਆਂ ਨਾਲ ਜਿਹੜੀ ਮੈਂ ਮਹਿਸੂਸ ਕਰਦਾ ਵੱਡੀ ਗੱਲ ਸੀ, ਫਿਰਕਾ ਪ੍ਰਸਤੀ ਤੋਂ, ਵੱਖਵਾਦ ਤੋਂ ਉੱਤੇ ਉੱਠ ਕੇ, ਧਰਮਵਾਦ ਤੋਂ, ਜਾਤਵਾਦ ਤੋਂ ਉੱਤੇ ਉੱਠ ਕੇ ਲੋਕਾਂ ਨੇ ਸਾਂਝੇ ਮੁਹਾਜ਼ 'ਤੇ ਕੰਮ ਕੀਤਾ ਆਜ਼ਾਦੀ ਦੀ ਲੜਾਈ ਲਈ, ਅਤੇ ਸਾਂਝੇ ਹੀ
ਕੁਰਬਾਨੀਆਂ ਦਿੱਤੀਆਂ, ਸਾਂਝੀਆਂ ਆਵਾਜ਼ਾਂ ਉਠਾਈਆਂ। ਇਹ ਉਹ ਦੌਰ ਸੀ ਆਜ਼ਾਦੀ ਦੀ ਲੜਾਈ ਦਾ 1919 ਵਾਲਾ, ਅਤੇ ਮੈਂ ਮਹਿਸੂਸ ਕਰਦਾ ਇਹ ਸਾਰਿਆਂ ਨਾਲੋਂ ਵੱਡੀ ਸਾਡੇ ਲਈ ਜ਼ਰੂਰੀ ਸਿੱਖਣ ਦੀ ਲੋੜ ਆ, ਕਿਉਂਕਿ ਯੂਰਪ ਅੱਜ ਇਕੱਠਾ ਹੋ ਰਿਹਾ ਅਤੇ ਹਿੰਦੁਸਤਾਨ 'ਚ ਵੱਖਰੇ ਵੱਖਰੇ ਇਲਾਕਿਆਂ 'ਚੋਂ ਆਵਾਜ਼ਾਂ ਉੱਠ ਰਹੀਆਂ ਅਲੱਗਵਾਦ ਦੀਆਂ, ਵੱਖਵਾਦ ਦੀਆਂ। ਅਤੇ ਮੈਂ ਮਹਿਸੂਸ ਕਰਦਾ ਸਾਨੂੰ ਇਹ ਚਾਹੀਦਾ, ਖਾਸ ਕਰਕੇ ਗਦਰੀ ਬਾਬਿਆਂ ਦੀ ਧਰਤੀ 'ਤੇ ਬੈਠਿਆਂ ਨੂੰ, ਕਿ ਅਸੀਂ ਜੇ ਉਸ ਮੁਲਕ ਦਾ ਕੁਛ ਕਰ ਸਕਦੇ ਹਾਂ ਤਾਂ ਸਾਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਕਿ ਉੱਥੇ ਵੱਖਵਾਦ ਅਤੇ ਅੱਤਵਾਦ ਜਿਹੜਾ ਆ ਉਹ ਵਧਣ ਨਾ ਦਈਏ, ਉਹਨੂੰ ਹੁੰਗਾਰਾ ਨਾ ਦਈਏ, ਉਸ ਹੁੰਗਾਰੇ ਦੇ ਖਿਲਾਫ਼ ਆਵਾਜ਼ ਉਠਾਈਏ, ਤਾਂ ਕਿ ਉਹ ਲੋਕ ਆਪਣੀਆਂ ਜਦੋਜਹਿਦਾਂ ਕਰਕੇ ਚੰਗੇ ਰਾਹ 'ਤੇ ਹੋ ਕੇ ਪ੍ਰੋਸਪਰਸ ਤਰੀਕੇ ਦੇ ਨਾਲ, ਖੁਸ਼ਹਾਲ ਤਰੀਕੇ ਦੇ ਨਾਲ, ਇਨਸਾਫ ਪਸੰਦ ਤਰੀਕੇ ਦੇ ਨਾਲ, ਬਰਾਬਰਤਾ ਦੇ ਨਾਲ ਆਪਣੀਆਂ ਜ਼ਿੰਦਗੀਆਂ ਵੱਸ ਸਕਣ। ਮੈਂ ਸਮਝਦਾ ਸਾਡੀ ਸਾਰਿਆਂ ਨਾਲੋਂ ਵੱਡੀ ਇਹ ਕੰਟਰੀਬਿਊਸ਼ਨ ਹੋਊਗੀ ਹਿੰਦੁਸਤਾਨ ਬਾਰੇ। ਥੈਂਕ ਯੂ ਦੋਸਾਂਝ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਲਗਾਤਾਰਤਾ ਦੇ ਨਾਲ ਉਹਨਾਂ ਨੇ ਫਿਰਕਾ ਪ੍ਰਸਤੀ ਦਾ ਵਿਰੋਧ ਕੀਤਾ ਹੈ, ਚਾਹੇ ਕਿਸੇ ਨੂੰ ਗੱਲ ਇਹ ਚੰਗੀ ਲੱਗੇ ਚਾਹੇ ਨਾ ਲੱਗੇ, ਪਰ ਇਹ ਹਕੀਕਤ ਹੈ। ਔਰ ਇਹਨਾਂ ਉੱਪਰ ਵੀ ਬੜਾ ਭਿਆਨਕ ਹਮਲਾ ਕੀਤਾ ਗਿਆ। ਔਰ ਜਿਹੜੀ ਗੱਲ ਇਹ ਕਹਿ ਕੇ ਗਏ ਨੇ, ਇਹਨਾਂ ਦੀ ਆਪਣੀ ਜਿਹੜੀ ਲਿਬਰਲ ਪਾਰਟੀ ਜਾਂ ਬਾਕੀ ਦੀਆਂ ਸਿਆਸੀ ਪਾਰਟੀਆਂ ਵੀ ਇਸ 'ਤੇ ਅਮਲ ਕਰਨ, ਔਰ ਜਿਹੜਾ ਰੁਝਾਨ ਚੱਲਿਆ ਹੋਇਆ ਕਿ ਫਿਰਕੂ ਤਾਕਤਾਂ ਤੋਂ ਜਾ ਕੇ ਵੋਟਾਂ ਮੰਗਣੀਆਂ, ਇਹ ਬੰਦ ਹੋਵੇ। ਵਿਸ਼ੇਸ਼ਣ ਲੋ ਫਾਇਰ।